ਲੰਮੀ ਚੌੜੀ ਗੱਲਬਾਤ ਹੋਈ ਆ, ਸਾਰੇ ਆਗੂ ਸਾਹਿਬਾਨ ਖੜੇ ਆ, ਅਸੀਂ ਆਥਣ ਤੱਕ ਉਡੀਕ ਰਹੇ ਹਾਂ। 10 ਤਰੀਕ ਦਾ ਅਸੀਂ ਸਮਾਂ ਜਿਹੜਾ ਦਿੱਤਾ ਸੀਗਾ ਰਿਹਾਈ ਵਾਲਾ, ਬਿਨਾਂ ਸ਼ਰਤ ਰਿਹਾਈ ਵਾਲੀ ਗੱਲ ਆ। ਸੋ ਇਹ ਆਥਣ ਤੱਕ ਕੀ ਕਰਦੇ ਨੇ ਜੇ ਪ੍ਰਸ਼ਾਸਨ ਨੇ ਦੇਖਣਾ, ਆਥਣ ਤੱਕ ਸਾਡਾ ਉਡੀਕਣਾ। ਉਦੋਂ ਪਹਿਲਾਂ ਕੋਈ ਵੀ ਅਸੀਂ ਬਿਆਨ ਦੇਣਾ ਅਸੀਂ ਮੁਨਾਸਬ ਨਹੀਂ ਸਮਝਦੇ, ਕਿਉਂਕਿ 10 ਤਰੀਕ ਹਾਲੇ ਲੰਘੀ ਨਹੀਂ, ਹਾਲੇ 12 ਮਹੀਨੇ ਤੱਕ ਦਾ ਸਮਾਂ ਹੋਏਗਾ। ਉਡੀਕਦੇ ਹਾਂ ਕਿ ਅਗਲਾ ਪ੍ਰੋਗਰਾਮ ਅਸੀਂ ਦੁਬਾਰਾ ਫਿਰ ਕਰਦੇ। ਹੁਣ ਕੋਈ ਫੈਸਲਾ ਹੋਇਆ ਜੀ ਇੱਥੇ? ਨਹੀਂ ਹਾਲੇ ਫਿਲਹਾਲ ਇੱਥੇ ਰੱਖਣ ਦਾ ਕੋਈ। ਚਲੋ ਇਹ ਤਾਂ ਪ੍ਰਸ਼ਾਸਨ ਦਾ ਹੁੰਦਾ ਹੀ ਆ, ਇੱਥੇ ਆ ਜਾਓ ਜੀ, ਉੱਥੇ ਆ ਜਾਓ ਜੀ, ਮੀਟਿੰਗਾਂ ਕਰ ਰਹੀਆਂ ਜੀ, ਕਈ ਮੀਟਿੰਗਾਂ ਹੋ ਗਈਆਂ। ਇਹ ਤਾਂ ਉਹਦੇ ਵਿੱਚ ਸਾਡਾ ਸੀਗਾ ਪ੍ਰੋਗਰਾਮ ਜਿਹੜਾ ਅਸੀਂ ਇੱਥੇ ਫੋਲਡ ਆ ਕੀਤਾ। ਸਾਨੂੰ ਜਿਹੜੇ ਰਜਾਈ, ਤੁਹਾਨੂੰ ਪਤਾ ਕਿ 13 ਫਰਵਰੀ ਦਾ ਦਿੱਤੇ ਅਸੀਂ ਸਾਰੇ ਰੋਜੇ ਫਿਰ ਸਰਜੀਤ ਫੂਲ ਜੀ ਦਾ ਪਿੰਡ ਸੀਗਾ, ਮੈਂ ਵੀ ਇੱਧਰ, ਅਸੀਂ ਨੇੜੇ ਤੇੜੇ ਸੀਗੇ, ਰੋਲੂ ਸਿੰਘ ਨੂੰ ਵੀ ਅਸੀਂ ਬੇਨਤੀ ਕੀਤੀ, ਇੱਧਰ ਮਾਨਸਾ ਤੋਂ ਇੱਧਰ ਆਏ ਨੇ, ਦੂਜੀ ਜਿਹੜੀ ਹੈਗੀ ਹੈ, ਜਿਹੜੇ ਉਸ ਦਿਨ ਵੀ ਜੇ ਕੋਈ ਕੇਸ ਪਾਇਆ ਜਾਂ ਕਿਸੇ ਦੀ ਗ੍ਰਿਫਤਾਰੀ ਕੀਤੀ, ਉਹ ਸਾਰੇ ਦੇ ਸਾਰੇ ਰਿਲੀਜ਼ ਕਰਨ ਵਾਲੀ 3 ਤਰੀਕ ਨੂੰ। ਤੀਜੀ ਜੇ ਉੱਥੇ ਨੁਕਸਾਨ ਕੀਤਾ, ਕੋਈ ਵਹੀਕਲ ਭੰਨਿਆ, ਕੋਈ ਕੈਮਰੇ ਦੀ ਭੰਨ ਤੋੜ ਕੀਤੀ ਹੈ ਕਿਸੇ ਦੀ, ਉਹਨਾਂ ਦਾ ਜਿਹੜਾ ਨੁਕਸਾਨ ਪੂਰਤੀ ਕਰਨ ਦੀ, ਇਹ 3 ਮੰਗਾਂ 'ਤੇ ਲਿਖਤੀ ਸਮਝੌਤਾ ਹੋਇਆ, ਸਾਈਨ ਹੋਇਆ ਦੋਨੇ ਤਰ੍ਹਾਂ ਦੇ, 3 ਮੰਗਾਂ ਹੁਣ ਹੈਗੀ ਵੀ ਜੇ 3 ਮੰਗਾਂ ਦਾ ਨਿਪਟਾਰਾ ਆਥਣ ਤੱਕ ਹੋ ਜਾਂਦਾ, ਅਸੀਂ ਆਥਣ ਤੱਕ ਵੇਟ ਕਰਾਂਗੇ ਸ਼ਾਮ ਤੱਕ, ਫਿਰ ਓਕੇ। ਜੇ ਨਿਪਟਾਰਾ 3 ਦਾ ਨਹੀਂ ਹੁੰਦਾ ਸੀ, ਫਿਰ ਅਗਾਂਹ ਜਿਹੜਾ ਅਸੀਂ ਦੁਬਾਰੇ ਬੈਠ ਕੇ ਫਿਰ ਅਗਾਂਹ ਕਰਾਂਗੇ। 3 ਜ਼ਰੂਰੀ ਹੈ ਵੀ ਇਕੱਤੀ ਮੰਗ ਲਈ ਤਾਂ ਵੀ ਕੋਈ ਨਹੀਂ ਜੀ, ਕੋਈ 3 ਜ਼ਰੂਰੀ ਹੈ ਜੀ। ਇੰਨਾ ਟਾਈਮ ਕਿਉਂ ਲੈ ਰਿਹਾ 3 ਜੀ, ਇੰਨਾ ਟਾਈਮ ਕਿਉਂ ਲੈ ਰਿਹਾ ਪ੍ਰਸ਼ਾਸਨ ਜਦੋਂ ਲਿਖਤ ਸਮਝੌਤਾ ਹੀ ਹੋਇਆ ਸੀਗਾ? 3 ਦੇ ਪੁੱਛਦੇ ਹੋ ਤੁਸੀਂ, 3 ਦਾ ਮੈਂ ਦੱਸਦਾ, ਪਹਿਲਾਂ ਤਾਂ ਹੈਗਾ ਵੀ ਅੱਜ 10 ਤਰੀਕ ਨੂੰ ਉਹਦੀ ਰਿਹਾਈ ਹੋਵੇ, ਦੂਜੀ ਸੈਕੰਡ ਹੈਗੀ ਹੈ ਵੀ ਜਿਹੜੇ ਉਸ ਦਿਨ 3 ਤਰੀਕ ਨੂੰ ਕੋਈ ਜੇ ਨਵਾਂ ਪਰਚਾ ਪਾਇਆ ਕੋਈ, ਜਾਂ ਕੋਈ ਬੰਦੇ ਅਰੈਸਟ ਕੀਤੇ ਆ, ਉਹ ਸਾਰੇ ਦੇ ਸਾਰੇ ਖਤਮ ਹੋਣ ਪਰਚੇ ਉਹ। ਤੇ ਤੀਜਾ ਜਿਹੜਾ ਹੈਗਾ, ਜਿਹੜਾ ਨੁਕਸਾਨ ਕਿ ਉਹ ਹੋਇਆ ਕਿਸੇ ਦਾ ਵੀ, ਕਿਸੇ ਵਹੀਕਲ ਦਾ ਨੁਕਸਾਨ ਹੋਇਆ, ਕਿਸੇ ਕੈਮਰੇ ਦਾ ਨੁਕਸਾਨ ਹੋਇਆ, ਉਹਦੇ ਨੁਕਸਾਨ ਦੀ ਪੂਰਤੀ ਕੀਤੀ ਜਾਵੇ। 3 ਮੰਗਾਂ ਜੀ, ਪ੍ਰਸ਼ਨ ਕਰਿਆ ਪ੍ਰਸ਼ਾਸਨ ਨੂੰ ਵੀ ਜਦੋਂ ਇਲੈਕਟ ਹੀ ਹੋ ਗਿਆ ਸੀ, ਫਿਰ ਅੱਜ ਵਾਲੀ ਮੀਟਿੰਗ ਕਰਦੇ ਆ ਜੀ ਗੱਲ, ਮੈਂ ਕਰਦਾ। ਮੇਰਾ ਖਿਆਲ ਹੈ ਪ੍ਰਸ਼ਾਸਨ ਨਾਲ ਸਾਡੀ 4ਥੀ ਮੀਟਿੰਗ ਹੈ, 2 ਤੋਂ ਪਹਿਲੀ ਹੋ ਗਈ ਸੀ ਬਰਨਾਲੇ, 1 ਦਿਨ ਪਹਿਲਾਂ ਹੋ ਗਈ, ਦੂਜੇ ਦਿਨ ਮੀਟਿੰਗ ਹੋਈ, ਫਿਰ ਲੱਖਾ ਜੀ ਨਾਲ ਉੱਥੇ ਦੇਖਿਆ, 3-3 ਉੱਥੇ ਮੀਟਿੰਗ, ਵੱਡੀ ਮੀਟਿੰਗ ਹੋਈ ਆ ਜੀ ਕਿਉਂਕਿ ਲੋਕਾਂ ਦੇ ਇਕੱਠ 'ਚ, ਅੱਜ 4ਥੀ ਮੀਟਿੰਗ ਹੈ। ਮੈਂ ਆਸ ਰੱਖਦਾ ਵੀ ਇਹਦੇ ਚੰਗੇ ਨਤੀਜੇ ਨਿਕਲਣਗੇ, ਮੈਂ ਆਪਦੇ ਵੱਲੋਂ ਪ੍ਰਸ਼ਾਸਨ ਨੇ ਅੱਜ ਭਰੋਸਾ ਚੰਗੇ ਮੇਰੀ ਗੱਲ, ਮੈਂ ਕੁਛ ਨਹੀਂ ਕਹਿਣਾ, ਚੰਗੇ ਨਤੀਜੇ ਨਿਕਲਣਗੇ, ਚੰਗੇ ਸੋਚਿਆ ਜਾਊਗਾ, ਚੰਗਾ ਵੀ ਹੋਊਗਾ। ਨਹੀਂ, ਪ੍ਰਸ਼ਾਸਨ ਨੂੰ ਤੁਸੀਂ ਇਹ ਸਵਾਲ ਤਾਂ ਕੀਤਾ ਹੋਊਗਾ ਜਦੋਂ ਉੱਥੇ ਲਿਖਤ ਹੀ ਨਿਬੜ ਗਿਆ ਸੀ, ਤਾਂ ਅੱਜ ਵਾਲੀ ਮੀਟਿੰਗ ਦਾ ਕੀ ਤੁੱਕ ਹੈ? ਦੇਖੋ ਜੋ ਅੰਦਰ ਦਾ ਲਾਂਬੋ ਲਾਂਬੀ ਹੁੰਦੇ ਹੀ ਹੁੰਦੇ ਆ, ਸਾਰਾ ਕੁਝ ਹੁੰਦਾ ਹੁੰਦਾ, ਉਹ ਗਿਲਾ ਵੀ ਰੱਖਦੇ ਹੁੰਦੇ ਆ, ਸਾਰਾ ਕੁਝ ਰੱਖਿਆ ਕਰਦੇ ਆ, ਮੇਰਾ ਕਹਿਣ ਦਾ ਮਤਲਬ ਚੰਗੇ ਨਤੀਜੇ ਨਿਕਲਣਗੇ। ਜੇ ਨਾ ਮੰਨੇ ਜੀ, ਫਿਰ ਅਸੀਂ ਕਿਹੜਾ ਮੱਕੀ ਉੱਡਣੀ ਇਸੇ ਕੰਮ 'ਤੇ, ਅਸੀਂ ਕਿਤੇ ਨਾ ਆ ਸਾਰੇ ਫੜਿਆ ਇਸੇ ਕੰਮ 'ਤੇ ਅਸੀਂ ਵੀ, ਜੇ ਪ੍ਰਸ਼ਾਸਨ ਇਸੇ ਉਹ ਕੋਈ ਗੱਲ ਨਹੀਂ, ਅਸੀਂ 16 ਬੰਦ ਵੀ ਕਰ ਰਹੇ ਹਾਂ, ਮੇਰੀ ਗੱਲ ਸਮਝੇ, 18 ਨੂੰ ਸਾਡੀ ਫੇਰ ਮੀਟਿੰਗ ਆ ਸਾਡੇ ਮੋਰਚੇ ਦੀ, ਅਸੀਂ ਕਿਹੜਾ ਘਰੇ ਬੈਠੇ ਇਸੇ ਕੰਮ 'ਤੇ, ਕੋਈ ਫਿਕਰ ਨਾ, ਲੋਕ ਸਾਡੇ ਨਾਲ ਨੇ, ਨੌਜਵਾਨ ਸਾਡੇ ਨਾਲ ਨੇ, ਨੌਜਵਾਨ ਹੀ ਹੈਗੀ ਹੈ। ਬੇਨਤੀ ਆ, ਝੰਡੇ ਨਾ ਚਲਾਓ, ਸ਼ਾਸ਼ਾ ਤਹਿਤ ਇਹ ਪੱਤਰਕਾਰੀ ਨਹੀਂ ਹੁੰਦੀ, ਠੀਕ ਆ? ਬਹੁਤ ਬੰਦਿਆਂ ਨੇ ਝੰਡੇ ਚਲਾਏ ਮਿੱਚ ਕੇ, ਉਹ ਤਾਂ ਜੀ ਐਂ ਹੋ ਜੂਗਾ ਜੀ, ਸ਼ੱਕੀ ਆ ਜੀ, ਅਸੀਂ ਬੋਲੇ ਕੁਛ, 10 ਤਰੀਕ ਹੋ ਯਾਰ, ਅਸੀਂ ਭੱਜ ਗਏ, ਅਸੀਂ ਵੀ ਖੜੇ ਹਾਂ, ਲੜਾਂਗੇ, ਠੀਕ ਆ ਨਾ? ਬਾਕੀ ਇਕੱਲਾ ਭਾਨੇ ਨੂੰ ਬਾਹਰ ਲਿਆਉਣ ਦਾ ਮਸਲਾ ਨਹੀਂ ਆ, ਭਾਨੇ ਨੂੰ ਪਰਚੇ ਰੱਦ ਕਰਾਉਣ ਦਾ ਵੀ ਹੈ, ਤਲਵਾਰੋਂ ਵੀ ਲਮਕੀ ਗਈ, ਫਿਰ ਗੱਲ ਤਾਂ ਉੱਥੇ ਖੜੀ ਆ ਨਾ, ਕਹਾਂ ਪਰਚੇ ਰੱਦ ਕਰਾ ਕੇ ਉਹਦੀ ਕੈਂਸਲੇਸ਼ਨ ਭਰ ਕੇ ਉਹ ਕੋਰਟ 'ਚ ਕਿਵੇਂ ਲਿਜਾਣੇ ਆ, ਉੱਥੋਂ ਰੱਦ ਕਰਾਉਣੇ ਆ, ਗੱਲ ਉੱਥੋਂ ਤਾਂ ਖੜੀ ਆ, ਅਸੀਂ ਉੱਥੋਂ ਤਾਂ ਖੜੇ ਆ। ਕਿਹੜੇ ਅਧਿਕਾਰੀਆਂ ਨਾਲ ਗੱਲ ਹੋਈ? ਕਿਹੜੇ ਅਧਿਕਾਰੀ ਪੁਲਿਸ ਦੇ ਅਧਿਕਾਰੀ? ਉੱਥੇ ਤਾਂ SSP ਬਠਿੰਡਾ, SP ਬਠਿੰਡਾ। ਬਾਈ ਜੀ, ਇੱਕ ਜਿਹੜਾ ਬੜਵਾਂ ਟੋਲ ਪਲਾਜ਼ੇ ਵਾਲੇ ਮਾਮਲੇ ਨੂੰ ਲੈ ਕੇ ਧਨੌਲੇ ਪਾਪਾ ਹੋਇਆ ਸੀਗਾ, ਉਸ ਤੋਂ ਬਾਅਦ ਤੁਹਾਡੀ ਪ੍ਰੈਸ ਕਾਨਫਰੰਸ ਵੀ ਹੁੰਦੀ, ਉਹਦੇ 'ਤੇ ਕੋਈ ਗੱਲਬਾਤ ਹੋਈ? ਹੋਈ ਆ ਗੱਲ, ਖਰਚ ਹੋਊਗਾ, ਉਹ ਖਰਚ ਜਿੰਨਾ ਚਿਰ ਨਹੀਂ ਹੁੰਦਾ ਉਨਾ ਚਿਰ ਕੋਈ ਵਿਗੜਾ ਨਹੀਂ। ਮੈਂ ਪਹਿਲਾਂ ਵੀ ਬੋਲਿਆ ਵੀ ਜਿਹੜਾ 3 ਤਰੀਕ ਨੂੰ ਵੀ ਪਰਚਾ ਹੋਇਆ ਉਹ ਵੀ ਪਿੱਛੇ ਹੀ ਆ ਇਹਦੇ, ਉਹ ਐਨ ਵੀ ਪਾਸੇ ਆ, ਬਾਕੀ ਜਿਹੜਾ ਜਿਵੇਂ ਏਜੰਡਾ ਚਲਾਉਣ ਵਾਲੀ ਲੱਖੇ ਨੇ ਗੱਲ ਕੀਤੀ ਆ ਵੀ ਜਿਹੜਾ ਇਹ ਜਾ ਵੀ ਜੀ ਇਹ ਫਲਾਨਾ ਬੰਦਾ ਕਿਵੇਂ ਪਹੁੰਚ ਗਿਆ, ਸਰਜੀਤ ਕਿਵੇਂ ਪਹੁੰਚ ਗਿਆ, ਲੱਖਾ ਕਿਵੇਂ ਪਹੁੰਚ ਗਿਆ, ਬਾਕੀ ਨਹੀਂ ਪਹੁੰਚ ਸਕੇ,
ਇਹ ਕੋਈ ਮੈਨੂੰ ਲੱਗਦਾ ਵੀ ਸ਼ੱਕ ਖੜਾ ਕਰਨਾ ਵੀ ਤਾਂ ਭਾਅ ਫਿਰ ਉਹਨਾਂ ਨੂੰ ਸਰਕਾਰ ਨੂੰ ਮਿਲ ਕੇ ਗਏ ਸੀ ਤਾਂ ਭਾਅ ਮੈਂ ਗਿਆ ਕਾਕਾ ਕੋਰੜਾ ਗਿਆ ਲੱਖਾ ਗਿਆ ਉੱਧਰ ਆਪਣਾ ਜਸਵਿੰਦਰ ਲੌਂਗੋਵਾਲ ਗਿਆ ਮਤਲਬ ਜੇ ਕੋਈ ਜਾਵੜਿਆ ਆਪਣੀ ਹਿੰਮਤ ਨਾਲ ਆਪਣੀ ਚੌਕਸੀ ਨਾਲ ਜਾਵੜਿਆ ਪਾਸੇ ਪਾਸੇ ਦੀ ਹੋ ਕੇ ਜਾਵੜਿਆ ਫਿਰ ਉਹਨੂੰ ਐਂ ਨਾ ਤਾਂ ਬੜਾਉਣਾ ਵੀ ਉਹ ਸਰਕਾਰ ਨਾਲ ਮਿਲਿਆ ਹੋਇਆ ਉਹ ਸੋ ਇਹੋ ਜਿਹਾ ਮੈਨੂੰ ਲੱਗਦਾ ਵੀ ਜੇ ਮੀਡੀਆ 'ਚ ਚੱਲਦਾ ਉਹ ਉਹਦਾ ਨੁਕਸਾਨ ਹੁੰਦਾ ਉਹਦਾ ਪਬਲਿਕ ਨੂੰ ਨੁਕਸਾਨ ਹੁੰਦਾ ਉਹਦਾ ਸਾਡੀ ਬੇਨਤੀ ਆ ਵੀ ਕਿੰਨੇ ਵਜੇ ਤੱਕ ਦਾ ਟਾਈਮ ਦਿੱਤਾ ਗਿਆ ਅੱਜ ਸ਼ਾਮ 12 ਵਜੇ ਤੱਕ ਨੂੰ ਵੇਖੋ ਜੀ 10 ਤਰੀਕ ਜਿਹੜੀ ਖਤਮ ਹੋਊਗੀ ਰਾਤ ਦੇ 12 ਵਜੇ ਖਤਮ ਹੁੰਦੀ ਹੈ ਜੇ 12 ਵਜੇ ਨੂੰ ਰਿਹਾਈ ਹੋਗੀ ਤਾਂ ਸਮਝੌਤਾ ਲਾਗੂ ਹੋ ਗਿਆ ਜੇ ਰਾਤ ਦੇ 12 ਵਜੇ ਤੱਕ ਰਿਹਾਈ ਨਹੀਂ ਹੁੰਦੀ ਫਿਰ ਸਮਝੌਤੇ ਤੋਂ ਭੱਜ ਗਈ। ਥੈਂਕ ਯੂ।